ਵਾਹਿਗੁਰੂ ਜੀ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪਹਿ ਹਾਂ ਤਿਸ ਪਹਿ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕੈ ਤਾਈ ਦਰਸ਼ਨ ਚਾਰ ਕੁੰਟ ਚਾਉ ਜੁਗਾਂ ਸਮਾਨੇ ਰਹਿਣ ਭਈ ਤਵ ਅੰਤ ਨ ਜਾਣੇ ਏਕ ਨਿਮਖ ਜੇ ਵਿਸਰੈ ਸੁਆਮੀ ਤਾਂ ਜਾਣੋ ਬਰਖ ਪਚਾਸਾ ਪ੍ਰੀਤਮ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਮੇਰਾ ਪਿਆਰਾ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਪ੍ਰੀਤ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਪ੍ਰੀਤ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਪਿਆਰਾ ਕੋਈ ਆਣ ਕੇ ਮਿਲਾਵੇ ਪ੍ਰੀਤਮ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ ਆਣ ਕੇ ਮਿਲਾਵੇ ਕੋਈ ਆਣ ਕੇ ਮਿਲਾਵੇ ਆਣ ਕੇ ਮਿਲਾਵੇ ਕੋਈ ਆਣ ਕੇ ਮਿਲਾਵੇ ਆਣ ਕੇ ਮਿਲਾਵੇ ਕੋਈ ਆਣ
ਮਿਲਾਵੇ, ਕੋਈ ਆਣ ਕੇ ਮਿਲਾਵੇ, ਆਣ ਕੇ 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 ਮਿਲਾਵੇ, ਕੋਈ ਆਣ ਕੇ ਮਿਲਾਵੇ, ਪ੍ਰੀਤ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ, ਪ੍ਰੀਤ ਮੇਰਾ ਪਿਆਰਾ ਕੋਈ ਆਣ ਕੇ ਮਿਲਾਵੇ, ਬਾਤ ਸੁਣਾਵੇ ਕਹੋ ਨਾਨਕ ਕਿਆ ਦੀਜੇ, ਸੀਸ ਬਢੇ ਕਰ ਬੈਸਣ ਦੀਜੇ, ਬਿਨ ਸਿਰ ਸੇਵ ਕਰੀਜੈ, ਉਹ ਸਿਰ ਪੜ ਕੇ ਬਣਾ ਦੇਵਾਂ ਮੁੜਾ, ਗੱਲਾਂ ਜੋ ਸੁਣਾਵੇ ਤੇਰੀਆਂ, ਸਿਰ ਪੜ ਕੇ ਬਣਾ ਦੇ ਮਾਮੂੜਾ, ਮੈਂ ਗੱਲਾਂ ਜੋ ਸੁਣਾਵੇ ਤੇਰੀਆਂ, ਪੜ ਕੇ ਬਣਾ ਦੇ ਮਾਮੂੜਾ, ਗੱਲਾਂ ਜੋ ਸੁਣਾਵੇ ਤੇਰੀਆਂ, ਫਿਰ ਪੜ ਕੇ ਬਣਾ ਦੇ ਮਾਮੂੜਾ, ਗੱਲਾਂ ਜੋ ਸੁਣਾਵੇ ਤੇਰੀਆਂ, ਫਿਰ ਪੜ ਕੇ ਬਣਾ ਦੇ ਮੰਦਾ, ਮੈਂ ਗੱਲਾਂ ਜੋ ਸੁਣਾਵੇ ਤੇਰੀਆਂ, ਵੱਡ ਕੇ ਬਣਾ ਦੇ ਮੰਦਾ, ਗੱਜ ਕੀ ਪੜਿਆ ਤੂੰ, ਗੱਲਾਂ ਜੋ ਸੁਣਾਵੇ ਤੇਰੀਆਂ, ਵੱਡ ਕੇ ਬਣਾ ਦੇ ਮੰਦਾ, ਗੱਲਾਂ ਜੋ ਸੁਣਾ
ਕੱਢ ਕੇ ਬਣਾਵੇ ਮਨ ਪੂਰਾ ਗੱਲਾਂ ਜੋ ਸੁਣਾਵੇ ਤੇਰੀਆਂ ਫਿਰ ਵੱਜ ਕੇ ਬਣਾਵੇ ਮਨ ਪੂਰਾ ਗੱਲਾਂ ਜੋ ਸੁਣਾਵੇ ਤੇਰੀਆਂ ਪਿਆਰੇ ਜੀ 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 ਗੱਲਾਂ ਜੋ ਸੁਣਾਵੇ ਤੇਰੀਆਂ ਵੱਢ ਕੇ ਬਣਾ ਦੇ ਮਾਂ ਮੁੰਡਾ ਮੈਂ ਬਣਾ ਲਈ ਦੇ ਮਾਂ ਮੁੰਡਾ ਤੇਰੀਆਂ ਸਿਰ ਵੱਢ ਕੇ ਬਣਾ ਦੇ ਮਾਂ ਮੁੰਡਾ ਜੀ ਗੱਲਾਂ ਜੋ ਸੁਣਾਵੇ ਤੇਰੀਆਂ ਸਿਰ ਵੱਢ ਕੇ ਬਣਾ ਦੇ ਮਾਂ ਮੁੰਡਾ ਗੱਲਾਂ ਜੋ ਸੁਣਾਵੇ ਵੱਢ ਕੇ ਬਣਾ ਦੇ ਮਨ ਪੂਰਾ ਗੱਲਾਂ ਜੋ ਸੁਣਾਵੇ ਤੇਰੀਆਂ ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਕੁਦਰਤੀ ਕ੍ਰਿਸ਼ਮਾ ਇਲਾਹੀ ਨੂਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਨਗਰ ਨਿਵਾਸੀ ਸੰਗਤਾਂ ਸੁਹਾਰਨ ਮਾਜਰਾ ਪੰਚਮ ਪਾਤਸ਼ਾਹ ਮਹਾਰਾਜ ਦਾ ਸ਼ਹੀਦੀ ਪੁਰਬ ਬਾਣੀ ਦੇ ਪ੍ਰਵਾਹ ਚੱਲ ਰਹੇ ਨੇ। ਰਾਤਰੀ ਦਾ ਸਮਾਂ ਸਤਸੰਗ ਦੀ ਵਣ ਦਾ ਪ੍ਰਾਪਤ ਹੋਇਆ। ਬੜੇ ਪ੍ਰੇਮ ਦੇ ਨਾਲ ਕਈ ਵਾਰ ਸਾਡਾ ਸਰੀਰ ਸਤਸੰਗ ਦੇ ਅੰਦਰ ਆ ਜਾਂਦਾ ਹੈ। ਜਿਹੜਾ ਸਾਡਾ ਮਨ ਹੈ ਉਹ ਸਤਸੰਗ ਦੇ ਅੰਦਰ ਨਹੀਂ ਆਉਂਦਾ। ਇਸ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜਨ ਵਾਸਤੇ ਕਿੰਨੇ ਸਾਧਨ ਕਰਨੇ ਪੈਂਦੇ ਨੇ, ਫਿਰ ਕਿਤੇ ਸਤਿਗੁਰੂ ਦੀ ਕਿਰਪਾ ਦੁਆਰਾ ਇਹ ਮਨ ਜੁੜਦਾ ਹੈ। ਮਨ ਕੀ ਹੈ? ਮਨ ਫੁਰਨੇ ਨੂੰ ਕਹਿੰਦੇ ਨੇ, ਸੰਕਲਪੋ ਵਿਕਲਪੋ ਹੀ ਮਨ। ਬਾਣੀ ਪੜ੍ਹਨੀ, ਸਿਮਰਨ ਕਰਨਾ, ਮਾਲਾ ਫੇਰਨੀ, ਸੇਵਾ ਕਰਨੀ,
ਇਹ ਜਿੰਨੇ ਵੀ ਸਾਧਨ ਨੇ ਇਹ ਸਾਰੇ ਅਸੀਂ ਮੰਨ ਵੈਸੇ ਜਿਹੜੀ ਭਗਤਾਂ ਦੀ ਗਿਣਤੀ ਹੈ ਨਾ ਰੱਬ ਦੇ ਪਿਆਰੇ ਦੱਸਦੇ ਨੇ ਪਰਮੇਸ਼ੁਰ ਕਹਿੰਦਾ ਵੀ ਚਾਰ ਪ੍ਰਕਾਰ ਦੇ ਮੇਰੇ ਭਗਤ ਨੇ ਇੱਕ ਉਹ ਨੇ ਜਿਹੜੇ ਕੇਵਲ ਦੁਨੀਆਂ ਦੇ ਪਦਾਰਥਾਂ ਵਾਸਤੇ ਮੇਰੇ ਦੁਆਰ 'ਤੇ ਆਉਂਦੇ ਨੇ ਦੁਨੀਆਂ ਦੇ ਪਦਾਰਥਾਂ ਵਾਸਤੇ ਭਗਤੀ ਕਰਦੇ ਨੇ ਜਾਂ ਸੁੱਖਾਂ ਸੁੱਖਦੇ ਨੇ ਮਹਾਰਾਜ ਕਹਿੰਦੇ ਚਲੋ ਮੰਗਣਾ ਵੀ ਗੁਰੂ ਚਰਨਾਂ ਦੇ ਅੰਦਰੋਂ ਹੀ ਹੈ ਪਰ ਜਿਹੜਾ ਕੁਛ ਮੰਗਦੇ ਹਾਂ ਉਹ ਰਹਿ ਸੰਸਾਰ 'ਤੇ ਹੀ ਜਾਣਾ ਹੈ ਮੰਗੋ ਰਾਮ 'ਤੇ ਇੱਕ ਦਾਨ ਇੱਕ ਦਾਨ ਮੰਗ ਪਰਮੇਸ਼ੁਰ 'ਤੇ ਉਹ ਦਾਨ ਕਿਹੜਾ ਹੈ ਉਹ ਦਾਨ ਹੈ ਪਰਮੇਸ਼ੁਰ ਦਾ ਨਾਮ ਜਿਹੜਾ ਨਾਮ ਹੈ ਨਾ ਪਰਮੇਸ਼ੁਰ ਦਾ ਉਹ ਨਾਮੀ ਨੂੰ ਮਿਲਾ ਦਿੰਦਾ ਅਕਾਲ ਪੁਰਖ ਨੂੰ ਮਿਲਾ ਦਿੰਦਾ ਪ੍ਰੇਮੀਓ ਆਪਾਂ ਪਰਮੇਸ਼ੁਰ ਦੇ ਨਾਲੋਂ ਵਿਛੜ ਕੇ ਦੁਖੀ ਹੋ ਰਹੇ ਹਾਂ ਜਦ ਇਨਸਾਨ ਪਰਮੇਸ਼ੁਰ ਨੂੰ ਮਿਲ ਜਾਂਦਾ ਇਨਸਾਨ ਸੁਖੀ ਹੋ ਜਾਂਦਾ ਪਹਿਲੇ ਉਹ ਨੇ ਜਿਹੜੇ ਸੰਸਾਰ ਦੇ ਪਦਾਰਥਾਂ ਵਾਸਤੇ ਭਗਤੀ ਕਰਦੇ ਨੇ ਮਹਾਰਾਜ ਕਹਿੰਦੇ ਬੰਦਗੀ ਕਰਦੇ ਕਰਦੇ ਇੱਕ ਗਿਆਨ ਪ੍ਰਾਪਤ ਹੁੰਦਾ ਹੈ ਵੀ ਮੈਂ ਜੇ ਸੰਸਾਰ ਦੇ ਪਦਾਰਥ ਇਕੱਠੇ ਵੀ ਕਰ ਲਏ ਜਿੱਦਣੇ ਮਰਨਾ ਨਾਲ ਕੁਛ ਨਹੀਂ ਜਾਣਾ ਜਿਹਨੂੰ ਇਹ ਵਿਵੇਕ ਪੈਦਾ ਹੋ ਜਾਂਦਾ ਨਾ ਉਹ ਫਿਰ ਭਗਤੀ ਕਰਦਾ ਪਰਮੇਸ਼ੁਰ ਦੀ ਅਕਾਲ ਪੁਰਖ ਦੀ ਬਈ ਅੱਗੇ ਕੇਵਲ ਨਾਮ ਕੰਮ ਆਉਂਦਾ ਨਾਮਾਂ ਕੰਮ ਨਹੀਂ ਆਉਂਦਾ ਉੱਥੇ ਇਹ ਤਾਂ ਇੱਥੇ ਹੀ ਰਹਿ ਜਾਂਦੇ ਨੇ ਬੜੇ ਬੜੇ ਲੋਕ ਛੱਡ ਜਾਂਦੇ ਨੇ ਤੀਜੇ ਉਹ ਪ੍ਰਲੋਕ ਬਾਰੇ ਵੀ ਕੋਈ ਗੱਲ ਨਹੀਂ ਦੇਖਦੇ ਉਹ ਪਰਮੇਸ਼ੁਰ ਦਾ ਮਿਲਾਪ ਚਾਹੁੰਦੇ ਨੇ ਅਕਾਲ ਪੁਰਖ ਦਾ ਤੀਜੇ ਦਰਜੇ ਦੇ ਭਗਤ ਨੇ ਜਿਹੜੇ ਪਰਮੇਸ਼ੁਰ ਦਾ ਅਕਾਲ ਪੁਰਖ ਦਾ ਮਿਲਾਪ ਚਾਹੁੰਦੇ ਨੇ ਚੌਥੇ ਦਰਜੇ ਦੇ ਉਹਨੂੰ ਮਿਲੇ ਹੋਏ ਨੇ ਹੁਣ ਅਸੀਂ ਦੇਖਣਾ ਵੀ ਅਸੀਂ ਕਿਹੜੀ ਪ੍ਰਕਾਰ ਦੇ ਭਗਤ ਹਾਂ ਕਿ ਅਸੀਂ ਗੁਰਦੁਆਰਾ ਸਾਹਿਬ ਇਸੇ ਵਾਸਤੇ ਹੀ ਆਉਂਦੇ ਹਾਂ ਵੀ ਮੈਨੂੰ ਪਦਾਰਥ ਮਿਲ ਜਾਣ ਇੱਕ ਮੰਗ ਪਰਮੇਸ਼ੁਰ ਸਾਡੀ ਪੂਰੀ ਕਰ ਦਿੰਦਾ ਚਾਰ ਮੰਗਾਂ ਹੋਰ ਖੜੀਆਂ ਹੋ ਜਾਂਦੀਆਂ ਨੇ ਕਿਉਂਕਿ ਜਿਹੜਾ ਇਨਸਾਨ ਹੈ ਨਾ ਇਹਨੂੰ ਬੰਦਗੀ ਕੀਤੀ ਤੋਂ ਬਿਨਾਂ ਤ੍ਰਿਪਤੀ ਨਹੀਂ ਆ ਸਕਦੀ
ਮਹਾਰਾਜ ਕਹਿੰਦੇ ਜਿੱਦਣੇ ਵੀ ਤੈਨੂੰ ਰੱਜ ਆਉਣਾ ਪਰਮੇਸ਼ਰ ਦੀ ਬੰਦਗੀ ਕਰਕੇ ਆਉਣਾ ਇਹ ਪਦਾਰਥ ਤੈਨੂੰ ਛਿਨ ਪੰਗਰ ਲੱਗਣ ਲੱਗ ਜਾਣਗੇ ਮਾਲਕ ਕਿੰਨਾ ਵੀ ਸਾਨੂੰ ਕਿਉਂ ਨਾ ਦੇ ਦੇਵੇ ਇਉਂ ਰਹਿੰਦਾ ਵੀ ਥੋੜ੍ਹਾ ਜਿਹਾ ਹੋਰ ਮਿਲ ਜੇ ਥੋੜ੍ਹਾ ਜਿਹਾ ਹੋਰ ਮਿਲ ਜੇ ਕਿਉਂਕਿ ਜਿਹੜਾ ਇਨਸਾਨ ਹੈ ਨਾ ਇਹਨੂੰ ਮਹਾਂਪੁਰਸ਼ਾਂ ਨੇ ਬੇਸ਼ੁਕਰਾ ਆਖਿਆ ਬੇਸ਼ੁਕਰਾ ਮਹਾਰਾਜ ਕਹਿੰਦੇ ਓਏ ਬੇਸ਼ੁਕਰਿਆ ਕਦੇ ਨਾ ਸ਼ੁਕਰ ਕੀਤਾ ਤੈਂ ਤਾਂ ਕਦੇ ਸ਼ੁਕਰੇ ਨਹੀਂ ਕੀਤਾ ਆਸਾ ਤ੍ਰਿਸ਼ਨਾ ਸਗੋਂ ਵਧਾਈ ਜਾਂਦਾ ਤੂੰ ਤਾਂ ਆਪਣੀਆਂ ਆਸਾ ਅਤੇ ਤ੍ਰਿਸ਼ਨਾ ਵਧਾਈ ਜਾਂਦਾ ਵਧਾਈ ਤੂੰ ਤਾਂ ਆਇਆ ਸੀ ਨਾਮ ਤਨ ਖੱਟਣੇ ਨੂੰ ਤੈਂ ਇੱਕ ਨਾਮ ਦਾ ਤੋਸ਼ਾ ਜਮ੍ਹਾਂ ਕਰਨਾ ਸੀ ਪਰ ਪੂੰਜੀ ਪਿਛਲੀ ਵੀ ਸਗੋਂ ਗਵਾਈ ਜਾਂਦਾ ਤੈਂ ਸਵਾਸ ਵੀ ਗਵਾ ਲਏ ਅਤੇ ਸਰੀਰ ਵੀ ਗਵਾ ਲਿਆ ਧਨ ਇਹਨੇ ਆਪਦਿਆਂ ਨੂੰ ਦੇ ਦਿੱਤਾ ਪਰਿਵਾਰ ਨੂੰ ਜਾਂ ਜਿਹਨੂੰ ਆਪਦਾ ਸਮਝਦਾ ਮਨ ਦੇ ਨਾਲ ਉਹਨਾਂ ਨੂੰ ਯਾਦ ਕਰੀ ਜਾਂਦਾ ਜਿਹਦੇ ਨਾਲ ਪ੍ਰੀਤ ਹੈ ਧਨ ਕਿਸੇ ਕੰਮ ਦਾ ਨਹੀਂ ਰਿਹਾ ਇਹਨੇ ਗੁਰੂ ਨੂੰ ਦੇਣਾ ਕੀ ਹੈ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਪੰਚਮ ਪਾਤਸ਼ਾਹ ਮਹਾਰਾਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੇ ਉਹਨਾਂ ਦੇ ਤਿੰਨ ਸਪੁੱਤਰ ਸੀ ਤਿੰਨ ਵੱਡੇ ਪਿਰਥੀ ਚੰਦ ਉਦੋਂ ਛੋਟੇ ਮਹਾਂਦੇਵ ਉਦੋਂ ਛੋਟੇ ਅਰਜਨ ਦੇਵ ਜੀ ਪ੍ਰੇਮੀਓ ਪੰਚਮ ਪਾਤਸ਼ਾਹ ਮਹਾਰਾਜ ਬਾਣੀ ਵਿੱਚ ਲਿਖਦੇ ਨੇ ਕਹਿੰਦੇ ਮੈਨੂੰ ਗੁਰੂ ਟੋਲਣ ਵਾਸਤੇ ਕਿਤੇ ਬਾਹਰ ਨਹੀਂ ਜਾਣਾ ਪਿਆ ਮੈਨੂੰ ਕਰਜੀ ਪਰਮੇਸ਼ਰ ਦੇ ਘਰ ਹੀ ਮੈਨੂੰ ਜਨਮ ਮਿਲ ਗਿਆ ਕਹਿੰਦੇ ਹਰ ਜੀਓ ਨਾਮ ਪੜਿਓ ਰਾਮਦਾਸ ਕਹਿੰਦੇ ਜਦ ਹਰੀ ਪਰਮੇਸ਼ਰ ਦਾ ਮਨ ਚਾਹਿਆ ਵੀ ਮੈਂ ਕਿਹੋ ਜਿਹਾ ਉਹਨੇ ਦੇਖਣਾ ਚਾਹਿਆ ਕਹਿੰਦੇ ਰਾਮਦਾਸ ਦਾ ਸਰੂਪ ਧਾਰਨ ਕਰ ਲਿਆ ਪਸ਼ੋਕਾ ਲਾਹੌਰ ਦਾ ਸੀ ਗੁਰੂ ਰਾਮਦਾਸ ਮਹਾਰਾਜ ਦਾ ਚੂਨਾ ਮੰਡੀ ਲਾਹੌਰ ਉੱਥੇ ਆਪ ਜੀ ਦਾ ਭਤੀਜਾ ਸਿਹਾਰੀ ਮੱਲ ਉਹਦੇ ਪੁੱਤਰ ਦਾ ਵਿਵਾਹ ਹੈ ਉਹਨੇ ਆ ਕੇ ਪੰਚਮ ਪਾਤਸ਼ਾਹ ਮਹਾਰਾਜ ਨੂੰ ਬਈ ਕਿਸੇ ਤਰੀਕੇ ਮੈਂ ਗੁਰੂ ਰਾਮਦਾਸ ਮਹਾਰਾਜ ਨੂੰ ਲਿਆਵਾਂ ਵਿਆਹ 'ਚ ਬੇਨਤੀ ਕੀਤੀ ਸਿਹਾਰੀ ਮੱਲ ਨੇ ਮਹਾਰਾਜ ਕਹਿੰਦੇ ਵੀ ਜੇ ਅਸੀਂ ਚਲੇ ਗਏ ਸੰਗਤ ਦਾ ਇਕੱਠ ਜ਼ਿਆਦਾ ਹੋ ਜਾਏਗਾ
ਤੈਨੂੰ ਸਾਹਮਣਾ ਮੁਸ਼ਕਲ ਹੋ ਜਾਏਗਾ। ਅਸੀਂ ਇੱਕ ਸਾਹਿਬਜ਼ਾਦੇ ਨੂੰ ਭੇਜ ਦਿੰਦੇ ਹਾਂ ਆਪਦੇ ਨਾਲ, ਉਹਨਾਂ ਨੇ ਕੀ ਖੇਡ ਵਰਤਾਈ, ਪਿਰਥੀ ਚੰਦ ਨੂੰ ਬੁਲਾ ਲਿਆ। ਬੇਟਾ ਪਿਰਥੀ ਚੰਦ, ਸਿਹਾਰੀ ਮੱਲ ਦੇ ਨਾਲ ਜਾਓ, ਵਿਆਹ ਸ਼ਾਦੀ ਦਾ ਜਿਹੜਾ ਇੰਤਜ਼ਾਮ ਹੈ ਸਾਰਾ ਕਰੋ, ਔਰ ਉਦੋਂ ਬਾਅਦ ਉੱਥੇ ਰਹਿ ਕੇ ਸੰਗਤਾਂ ਨੂੰ ਨਾਮ ਦਾ ਸਦ ਉਪਦੇਸ਼ ਕਰੋ। ਜਿਹੜਾ ਪੁਰਸ਼ ਨਾਮ ਦੇ ਨਾਲ ਜੁੜ ਜਾਂਦਾ ਉਹ ਸੁਖੀ ਹੋ ਜਾਂਦਾ, ਜਿਹੜਾ ਨਾਮ ਦੇ ਨਾਲੋਂ ਟੁੱਟਿਆ ਉਹ ਦੁਖੀ ਹੈ। ਉਸ ਵੇਲੇ ਪਿਰਥੀ ਚੰਦ ਜੀ ਆਖਣ ਲੱਗੇ, ਉਹਦੇ ਮਨ 'ਚ ਇਹ ਸੀ ਵੀ ਮਹਾਰਾਜ ਦੀ ਉਮਰ ਥੋੜ੍ਹੀ ਰਹਿੰਦੀ ਹੈ ਜਿੰਨੀ ਗੁਰੂ ਅਮਰਦਾਸ ਜੀ ਨੇ ਦਿੱਤੀ ਹੈ, ਕੁਛ ਮਹੀਨੇ ਹੀ ਬਾਕੀ ਨੇ, ਮੈਨੂੰ ਭੇਜ ਕੇ ਕਿਤੇ ਅਰਜਨ ਦੇਵ ਨੂੰ ਗੁਰਤਾ ਗੱਦੀ ਨਾ ਦੇ ਦੇਣ। ਇੱਥੇ ਮਨ ਖੜਾ ਸੀ ਕੇਵਲ। ਕਹਿੰਦੇ ਮਹਾਰਾਜ ਲੰਗਰ ਦੀ ਸੇਵਾ ਮੇਰੇ ਜੁੰਮੇ, ਤੁਸੀਂ ਮਹਾਂਦੇਵ ਜਾਂ ਅਰਜਨ ਦੇਵ ਨੂੰ ਭੇਜ ਦਿਓ। ਮਹਾਂਦੇਵ ਨੂੰ ਬੁਲਾ ਲਿਆ। ਜਿਹੜੇ ਮਹਾਂਦੇਵ ਸੀ ਨਾ, ਉਹਨਾਂ ਦੀ ਅਵਧੂਤ ਬਿਰਤੀ ਸੀ। ਅਵਧੂਤ, ਅਵਧੂਤ ਕਿਹਨੂੰ ਕਹਿੰਦੇ ਨੇ? ਜਿਵੇਂ ਨਦੀ ਦੇ ਅੰਦਰ ਇੱਕ ਸੋਟੀ ਤਰੀ ਜਾਂਦੀ ਹੈ ਪਰ ਉਹ ਕਿਸੇ ਨੂੰ ਹੋਰ ਨਹੀਂ ਤਾਰ ਸਕਦੀ, ਉਹਨੂੰ ਆਪ ਨੂੰ ਗਿਆਨ ਹੈ। ਅਸਲ ਵਿੱਚ ਨਾ ਜਿਹਦੇ ਕੋਲ ਨਾਮ ਦਾ ਭੰਡਾਰਾ ਹੀ ਨਹੀਂ ਹੈ ਅੰਦਰ ਹਿਰਦੇ 'ਚ, ਉਹ ਕੀ ਦੇ ਦੇਗਾ ਕਿਸੇ ਨੂੰ? ਜਿਸ ਦਾ ਸਹਿਬ ਨੰਗਾ ਭੁੱਖਾ, ਤਿਸ ਦਾ ਨਫ਼ਰ ਕਿੱਥੋਂ ਰੱਜ ਖਾਵੇ? ਇੱਕ ਕੋਲ ਭੰਡਾਰਾ ਹੈ, ਉਹਨੂੰ ਅਧਿਕਾਰ ਨਹੀਂ, ਉਹਨੂੰ ਹੁਕਮ ਨਹੀਂ ਵਰਤਾਉਣ ਦਾ। ਜਿਹੜੇ ਅਵਧੂਤ ਨੇ ਨਾ, ਇਹਨਾਂ ਤੋਂ ਹਰੇਕ ਨਹੀਂ ਲਾਹਾ ਲੈ ਸਕਦਾ। ਤਾਰ ਦੇਣ ਕਿਸੇ ਨੂੰ ਮੌਤ ਚਾਹੇ ਤਾਰ ਦੇਣ। ਮਹਾਂਦੇਵ ਅਵਧੂਤ ਬਿਰਤੀ ਦੇ ਸੀ, ਅਵਧੂਤ ਬਿਰਤੀ ਦੇ, ਆਪ ਨੂੰ ਗਿਆਨ ਪੂਰਾ। ਦਾਨੇ ਦੀਵਾਨੇ ਮਸਤਾਨੇ ਤਿੰਨ ਕਿਸਮਾਂ ਦੇ ਸਾਧੂ ਨੇ। ਅਰਜਨ ਦੇਵ ਜੀ ਨੂੰ ਬੁਲਾ ਲਿਆ। ਮਹਾਂਦੇਵ ਕਹਿੰਦੇ, ਮਹਾਰਾਜ ਮੇਰੀ ਨਿਗਾਹ 'ਚ ਤਾਂ ਦੁਨੀਆ ਹੀ ਨਹੀਂ ਹੈ, ਤੁਸੀਂ ਵਿਆਹ ਸ਼ਾਦੀ ਦੀ ਗੱਲ ਕਰਦੇ ਹੋ ਵੀ ਵਿਆਹ ਜਾਇਆ, ਮੈਨੂੰ ਜਨਮੇ ਦੀ ਖੁਸ਼ੀ ਨਹੀਂ, ਮਰੇ ਦੀ ਗਮੀ ਨਹੀਂ ਹੈ, ਮੈਂ ਜਾ ਕੇ ਕੀ ਕਰੂੰਗਾ? ਅਰਜਨ ਦੇਵ ਜੀ ਨੂੰ ਬੁਲਾ ਲਿਆ। ਬੇਟਾ ਅਰਜਨ ਦੇਵ, ਲਾਹੌਰ ਜਾਓ, ਵਿਆਹ ਸ਼ਾਦੀ 'ਚ ਜਿਹੜਾ ਕਾਰ ਵਿਹਾਰ ਹੈ ਉਹ ਕਰੋ, ਔਰ ਉਦੋਂ ਬਾਅਦ ਉੱਥੇ ਸੰਗਤਾਂ ਨੂੰ ਨਾਮ ਦੇ ਨਾਲ ਜੋੜਨਾ। ਜਦ ਬੁਲਾਈਏ ਜਦ ਆਉਣਾ। ਸਤਿ ਵਚਨ।
ਭਾਵੇਂ ਦਿਲ ਨਹੀਂ ਸੀ ਕਰਦਾ ਵਿਛੜਨ ਨੂੰ। ਪ੍ਰੇਮੀਓ ਬਚਨ ਮੋੜ ਦਿੱਤਾ ਅਤੇ ਨਾਤਾ ਤੋੜ ਦਿੱਤਾ। ਜਦ ਇਨਸਾਨ ਬਚਨ ਮੰਨਦਾ ਨਾ, ਉਹ ਤਾਂ ਸੇਵਕ ਹੈ ਜੇ ਬਚਨ ਮੰਨਦਾ। ਜੇ ਬਚਨ ਨਹੀਂ ਮੰਨਦਾ ਕਾਹਦਾ ਸੇਵਕ ਹੈ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਮਿਰਤਕ ਕਹੀ ਹੈ ਨਾਨਕਾ ਜੋ ਪ੍ਰੀਤ ਨਹੀਂ ਭਗਵੰਤ। ਤੇਰੀ ਪ੍ਰੀਤ ਕਿੱਥੇ ਲੱਗੀ ਹੈ? ਅਰਜਨ ਦੇਵ ਜੀ ਨੇ ਡੰਡੌਤ ਕੀਤੀ, ਡੰਡੌਤ। ਮਹਾਰਾਜ ਕਿਰਪਾ ਕਰਿਓ। ਕਹਿੰਦੇ ਕਿਰਪਾ ਹੀ ਹੈ ਜਿਹੜਾ ਬਚਨ ਮੰਨਦਾ। ਸੱਤ ਬਚਨ ਕਹਿ ਕੇ ਮਹਾਰਾਜ ਨੇ ਬੁੱਕਲ 'ਚ ਲਿਆ, ਪ੍ਰੇਮ ਦਿੱਤਾ, ਚਲੇ ਗਏ ਨਾਲ ਇੱਕ ਦੋ ਸਿੱਖ ਤੋਰੇ। ਵਿਆਹ ਸ਼ਾਦੀ ਹੋ ਗਿਆ, ਸਾਰਾ ਇੰਤਜ਼ਾਮ, ਧਰਮਸ਼ਾਲਾ 'ਚ ਰਿਹਾਇਸ਼ ਹੈ। ਦੋ ਵੇਲੇ ਸੰਗਤਾਂ ਤੋਂ ਨਾਮ ਜਪਾਉਂਦੇ ਨੇ। ਪ੍ਰੇਮੀਓ ਨਾਮ ਜਪਿਆ ਕਰੋ ਦੋਨੇ ਵੇਲੇ ਬਹਿ ਕੇ। ਔਰ ਨਾਮ ਐਸਾ ਜਪਣਾ ਬਈ ਦੇਸ਼ ਕਾਲ ਅਤੇ ਵਸਤੂ ਭੁੱਲ ਜੇ, ਪਤਾ ਨਾ ਰਹੇ ਆਪਦੇ ਸਰੀਰ ਦਾ। ਯੋਗ ਨਾਮ ਹੈ ਜੁੜ ਜਾਣ ਦਾ। ਉੱਥੇ ਫਿਰ ਕਈ ਮਹੀਨੇ ਲੰਘ ਗਏ, ਕਈ ਸੋਚਦੇ ਨੇ ਮਹਾਰਾਜ ਨੇ ਮੈਨੂੰ ਬੁਲਾਇਆ ਹੀ ਨਹੀਂ ਹੈ। ਕਹਿੰਦੇ ਚਲੋ ਕੋਈ ਬੇਨਤੀ ਤਾਂ ਲਿਖ ਕੇ ਭੇਜ ਹੀ ਸਕਦੇ ਹਨ। ਰਾਤਰੀ ਦਾ ਸਮੇਂ, ਚਾਰ ਕੁੰਟ ਚੋਂ ਜੁਗਾਂ ਸਮਾਨੇ ਰਹਿਣ ਪਈ ਤਬ ਅੰਤ ਨਾ ਜਾਣੇ। ਜਿਹਦੀ ਪ੍ਰੀਤ ਇਹ ਨਹੀਂ ਲੱਗੀ ਕਿਤੇ, ਉਸ ਵੇਲੇ ਮਹਾਰਾਜ ਨੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਨੇ ਗੁਰੂ ਘਰ ਦੇ। ਉੱਥੇ ਫਿਰ ਕਲਮ ਦੁਆਤ ਲੈ ਲਈ, ਕੀ ਲਿਖਦੇ ਨੇ, ਲੋਚ ਰਿਹਾ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ, ਲੋਚ ਰਿਹਾ ਗੁਰਾਂ ਦੇ ਦਰਸ਼ਨ ਤਾਈ ਮੇਰਾ ਮਨ ਲੋਚ ਰਿਹਾ, ਲੋਚ ਰਿਹਾ। ਲੋਚ ਰਿਹਾ ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ, ਲੋਚ ਰਿਹਾ ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ, ਲੋਚ ਰਿਹਾ ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ,
ਮੰਨ ਲੋ ਚੇ ਗੁਰ ਦਰਸ਼ਨ ਸਾਈਂ, 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 ਮੰਨ ਲੋ ਚੇ ਗੁਰ ਦਰਸ਼ਨ ਸਾਈਂ। ਬਿਲਪ ਕਰੇ ਚਾਤ੍ਰਿਕ ਕੀ ਨਿਆਈ, 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 ਬਿਲਪ ਕਰੇ ਚਾਤ੍ਰਿਕ ਕੀ ਨਿਆਈ। ਗੁਰਾਂ ਦੇ ਦਰਸ਼ਨ ਤਾਈਂ ਮੇਰਾ ਮਨ ਲੋਚ ਰਿਹਾ, 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 ਮੇਰਾ ਮਨ ਲੋਚੈ ਗੁਰਦਰਸ਼ਨ ਤਾਈਂ। ਇਹ ਸਾਡੀਆਂ ਅੱਖਾਂ ਸੰਸਾਰ ਨੂੰ ਤਾਂ ਦੇਖਣਾ ਚਾਹੁੰਦੀਆਂ ਨੇ, ਦੋਸਤਾਂ ਮਿੱਤਰਾਂ ਨੂੰ ਦੇਖਣਾ ਚਾਹੁੰਦੀਆਂ ਨੇ, ਪਰ ਗੁਰੂ ਨੂੰ ਨਹੀਂ ਦਰਸ਼ਨ ਕਰਨੇ ਚਾਹੁੰਦੀਆਂ। ਕਿਉਂ? ਮਨ ਪਾਪੀ ਉਹ ਇੰਨਾ ਹੋ ਗਿਆ, ਮਨ ਮੈਲਾ ਹੀ ਇੰਨਾ ਹੋ ਗਿਆ। ਉਸ ਵੇਲੇ ਪੱਤਰਿਕਾ ਲਿਖ ਕੇ ਸਿੱਖ ਨੂੰ ਫੜਾਤੀ, ਅੱਗੇ ਪਿਰਥੀ ਚੰਦ ਖੜਾ, ਉਹਨੂੰ ਪਤਾ ਸੀ ਵੀ ਇਹ ਦੋ ਸਿੰਘ ਨਾਲ ਗਏ ਵੇ ਨੇ ਲਾਹੌਰ ਨੂੰ। ਕਹਿੰਦੇ ਹਾਂ ਬਈ ਤੂੰ ਕਿਵੇਂ ਆਇਆ? ਕਹਿੰਦੇ ਮੈਂ ਅਰਜਨ ਦੇਵ ਜੀ ਨੇ ਭੇਜਿਆ, ਆ ਪੱਤਰਿਕਾ ਮਹਾਰਾਜ ਨੂੰ ਭੇਟਾ ਕਰ ਦਿਉ। ਜਦ ਪੜ੍ਹੀ ਨਾ, ਕਹਿੰਦੇ ਓਹੋ, ਇਹ ਤਾਂ ਪਹਿਲੇ ਗੁਰੂਆਂ ਵਾਂਗ ਬਾਣੀ ਉਚਾਰਨ ਕਰਨ ਲੱਗ ਗਏ। ਕਿਤੇ ਐਸਾ ਨਾ ਹੋਵੇ ਮਹਾਰਾਜ ਖੁਸ਼ ਹੋ ਕੇ ਗੁਰਤਖ਼ਤ ਦੀ ਦੇ ਦੇਣ, ਆਪਦੀ ਗੀਜੇ 'ਚ ਪਾ ਲਈ। ਅੰਦਰੋਂ ਪ੍ਰਸ਼ਾਦ ਲਿਆ ਕੇ ਦਿੱਤਾ। ਕਹਿੰਦੇ ਮਹਾਰਾਜ ਨੇ ਕਿਹਾ ਹਲੇ ਉੱਥੇ ਹੀ ਰਹੇ। ਮਹੀਨਾ ਡੇਢ ਮਹੀਨਾ ਲੰਘ ਗਿਆ, ਦੁਬਾਰੇ ਫਿਰ ਮਨ ਤਾਂ ਰੋਜ਼ ਹੀ ਲੋਚਦਾ, ਮਨ ਤਾਂ ਹਰ ਵੇਲੇ ਲੋਚਦਾ। ਇੱਕ ਦਿਨ ਰਾਤਰੀ ਦੇ ਸਮੇਂ ਤਾਰੇ ਚਮਕਦੇ ਨੇ, ਦੂਜੀ ਪੱਤਰਿਕਾ ਲਿਖਣੀ ਸ਼ੁਰੂ ਕਰਤੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਗਲ ਪਾ ਕੇ। ਹੇ ਸੱਚੇ ਪਾਤਸ਼ਾਹ, ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਮੈਨੂੰ ਉਸ ਪਾਵਨ ਮੁਖੜੇ ਦੇ ਦਰਸ਼ਨ ਕਦੋਂ ਹੋਣਗੇ ਜਿਹਦੇ ਅੰਦਰੋਂ ਰਸਨਾ ਤੋਂ ਸਹਿਜ ਧੁਨ ਬਾਣੀ ਉਚਾਰ ਦਿਓ। ਤੇਰਾ ਮੁਖ ਸੁਹਾਵਾ ਜੀਓ, ਸਹਿਜ ਧੁਨ ਬਾਣੀ, ਚਿਰ ਹੋਆ ਦੇਖੈ ਸਾਰਿੰਗ ਪਾਣੀ,
ਹੀ ਸੱਚੇ ਪਾਤਸ਼ਾਹ, ਤੇਰਾ ਤਾਂ ਕੋਈ ਇਲਾਹੀ ਦੇਸ਼ ਹੈ, ਤੇਰਾ ਕੋਈ ਦੇਸ਼ ਇਲਾਹੀ, ਦੰਦੇ ਸੰਦੇਸ਼ ਇਲਾਹੀ, ਬੋਲਦੇ ਆਕਾਸ਼ ਬਾਣੀ ਬ੍ਰਹਿਮ ਵਿਚਾਰ ਤੇਰਾ, ਸਜਿਆ ਰਹੇ ਜੁਗ ਜੁਗ ਸਵਾਮੀ, ਉਹ ਦੇਸ਼ ਕਿਹੜਾ ਸੱਚੇ ਪਾਤਸ਼ਾਹ? ਤਨ ਸੁਦੇਸ ਜਹਾਂ ਤੂੰ ਵਸਿਆ, 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 ਮੇਰੇ ਸਾਜਨ ਮੀਤ ਮੁਰਾਰੇ, 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 ਤਨ ਸੁਦੇਸ ਜਹਾਂ ਤੂੰ ਵਸਿਆ, 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 ਤਨ ਸੁਦੇਸ। ਇਹ ਪੱਤਰਿਕਾ ਵੀ ਲਿਖ ਕੇ ਭੇਜਦੀ, ਉਹਨੇ ਫਿਰ ਰੋਕਣੀ ਕੀਤਾ, ਫਿਰ ਵਾਪਸ ਆ ਕੇ ਪ੍ਰਸ਼ਾਦ ਦੇਤਾ। ਜਦ ਪ੍ਰਸ਼ਾਦ ਦੇਤਾ ਨਾ, ਆਖਣ ਲੱਗੇ ਹੇ ਸੱਚੇ ਪਾਤਸ਼ਾਹ, ਕਿਰਪਾ ਕਰੋ ਮੇਰਾ ਦੇ ਘਰ ਵਿੱਚ ਆਓ। ਸਮਾਂ ਲੰਘ ਗਿਆ, 10-20 ਦਿਨ ਲੰਘੇ, ਬਹੁਤ ਮਨ ਬੇਵਲ ਹੋ ਗਿਆ। ਜ਼ਿਆਦੇ ਰਾਤਰੀ ਨਹੀਂ ਲੰਘਦੀ, ਇੱਕ ਘੜੀ ਨਾ ਮਿਲਤੇ, ਇੱਕ ਬੈਰਾਗੀ ਪੁਰਸ਼ ਨੇ ਲਾਈਨਾਂ ਲਿਖੀਆਂ ਨੇ, ਇਉਂ ਲੱਗਦਾ ਵੀ ਸਮਾਂ ਖੜ ਗਿਆ,
ਖੜ ਖੜ ਲੰਘਦੇ ਜੀ ਵਕਤ ਵਿਛੋੜੇ ਵਾਲਾ, ਖੜ ਖੜ ਲੰਘਦੇ 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 ਵਕਤ ਵਿਛੋੜੇ ਵਾਲਾ। ਜਿਹੜਾ ਵਿਛੋੜੇ ਦਾ ਵਕਤ ਹੈ, ਦਿਨ ਚੜ੍ਹ ਜਾਂਦਾ ਦਿਨ ਨਹੀਂ ਲੰਘਦਾ, ਰਾਤ ਆ ਜਾਂਦੀ ਹੈ ਤਾਂ ਰਾਤ ਨਹੀਂ ਲੰਘਦੀ। ਹੇ ਸੱਚੇ ਪਾਤਸ਼ਾਹ, ਇੱਕੋ ਹੀ ਤੇਰਾ ਨੂਰੀ ਦੀਦਾਰ ਚਾਹੀਦਾ, ਤੇਰੇ ਦੀਦਾਰੇ ਵਾਜੋ ਚਾਹੁੰਦੇ ਕੁਝ ਨੈਣ ਨਾ, 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 ਤੇਰੇ ਦੀਦਾਰੇ ਵਾਜੋ ਚਾਹੁੰਦੇ ਕੁਝ ਨੈਣ ਨਾ। ਕਹਿੰਦੇ ਹੁਣ ਹਾਲ ਕੀ ਹੋਇਆ ਪਿਆ, ਜਿਵੇਂ ਕਿਸੇ ਸੱਪ ਦੇ ਕੋਲੋਂ ਮਨੀ ਚਲੀ ਜਾਵੇ, ਆਹਾ ਹਾਂ ਪਤਾ ਉਹਦੀ ਦਸ਼ਾ ਕੈਸੀ ਹੋ ਜਾਂਦੀ ਹੈ। ਮਨੀ ਤੋਂ ਬਗੈਰ ਹਾਲ ਹੁੰਦਾ ਜੋ ਪਜੰਗ ਦਾ, 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 ਖੜ ਖੜ ਲੰਘਦਾ ਜੀ ਵਕਤ ਵਿਛੋੜੇ ਵਾਲਾ, ਖੜ ਖੜ ਲੰਘਦਾ ਜੀ ਵਕਤ ਵਿਛੋੜੇ ਵਾਲਾ, ਖੜ ਖੜ ਲੰਘਦਾ 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 ਵਕਤ ਵਿਛੋੜੇ ਵਾਲਾ, ਵਕਤ ਵਿਛੋੜੇ ਵਾਲਾ ਖੜ ਖੜ ਲੰਘਦਾ। ਐਸੀ ਖੇਡ ਪਿਆਰ ਦੀ ਅਤੇ ਪੱਤਰਿਕਾ ਲਿਖੀ ਤੀਜੀ। ਕਹਿੰਦੇ ਮਹਾਰਾਜ ਕਿਤੇ ਤੁਸੀਂ ਦੋ ਚਾਰ ਦਿਨ ਗੋਇੰਦਵਾਲ ਸਾਹਿਬ ਚਲੇ ਜਾਂਦੇ ਸੀ,
ਇੱਕ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀਐ ਪ੍ਰਿਆ ਤੁਧ ਭਗਵੰਤਾ। ਹੁਣ ਹਾਲਤ ਇਹੋ ਜਿਹੀ ਹੋ ਗਈ, ਮੋਹੇ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ। ਕਿਉਂ ਨਹੀਂ ਆਉਂਦੀ? ਬਿਨ ਦੇਖੇ ਗੁਰ ਦਰਬਾਰੇ ਜੀਓ ਹੀ ਸੱਚੇ ਪਾਤਸ਼ਾਹ, ਤੁਹਾਡੇ ਦਰਸ਼ਨਾਂ ਦੇ ਬਿਨਾਂ ਤਾਂ ਕਲਯੁਗ ਵਿਆਪਿਆ ਪਿਆ। ਕਲਯੁਗ ਹੁਣ ਕਦੋਂ ਮਿਲੋਗੇ ਜੀ? ਕਲਯੁਗ ਨੇੜੇ ਆਉਂਦਾ ਜਾਂਦਾ, ਕਦੋਂ ਮਿਲੋਗੇ ਜੀ? ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ 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 ਕਦੋਂ ਮਿਲੋਗੇ ਜੀ? ਕਲਯੁਗ ਨੇੜੇ ਆਉਂਦਾ ਜਾਂਦਾ, ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਹੀ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਨੇੜੇ ਆਉਂਦਾ ਜਾਂਦਾ, ਉਹ ਕਲਯੁਗ ਨੇੜੇ ਆਉਂਦਾ ਜਾਂਦਾ, ਨੇੜੇ ਹੀ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਨੇੜੇ ਆਉਂਦਾ ਜਾਂਦਾ, ਕਲਯੁਗ ਨੇੜੇ ਆਉਂਦਾ ਜਾਂਦਾ, ਨੇੜੇ ਹੀ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ? ਕਲਯੁਗ ਨੇੜੇ 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 ਆਉਂਦਾ ਜਾਂਦਾ, ਮਿਲੋਗੇ ਜੀ? ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ ਕਦੋਂ ਮਿਲੋਗੇ ਜੀ? ਕਲਯੁਗ ਨੇੜੇ ਆਉਂਦਾ ਜਾਂਦਾ, ਹੁਣ ਕਦ ਮਿਲੀਏ ਪ੍ਰਿਆ ਤੁਧ ਭਗਵੰਤਾ। ਮੋਹੇ ਰਹਿਣ ਨਾ ਬਿਹਾਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਕਿਰਪਾ ਕਰੋ, ਮੇਰਾ ਦੇ ਘਰ ਵਿੱਚ ਆਓ। ਤੀਜੀ ਪੱਤਰਿਕਾ ਲੈ ਕੇ ਸਿੱਖ ਨੂੰ ਕਹਿੰਦੇ, ਪਤਾ ਨਹੀਂ ਕਿਉਂ ਮੇਰਾ ਮਨ ਕਹਿੰਦਾ ਵੀ ਪੱਤਰਿਕਾ ਮਹਾਰਾਜ ਕੋਲ ਪਹੁੰਚੀ ਨਹੀਂ ਹੈ। ਕਹਿੰਦੇ ਤੂੰ ਇਉਂ ਕਰੀ, ਵੱਡੇ ਭਰਾਤਾਂ ਨੂੰ ਪਕੜਾਉਣੀ ਨਹੀਂ ਪੱਤਰਿਕਾ, ਰਸਤਾ ਹੀ ਛੱਡਦੀ, ਮਹਾਰਾਜ ਕੋਲ ਪਕੜਾਈ ਸਿੱਧੀ। ਚਲੇ ਗਏ ਪਿਰਥੀ ਚੰਦ, ਫਿਰ ਮੂਹਰੇ ਖੜ੍ਹੇ, ਰਸਤਾ ਹੀ ਬਦਲਤਾ ਸਿੱਖ ਨੇ। ਮਹਾਰਾਜ ਕੋਲ ਜਾ ਕੇ ਜਦ ਪੱਤਰਿਕਾ ਪਕੜਾਈ, ਮਹਾਰਾਜ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਅਰਜਨ ਦੇਵ ਜੀ ਦਾ ਮਨ ਬੜਾ ਬੇਬਲ ਹੈ, ਕਿਰਪਾ ਕਰੋ ਪੱਤਰਿਕਾ ਪੜ੍ਹ ਕੇ। ਚੌਥੇ ਗੁਰੂ ਰਾਮਦਾਸ ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ ਜਲ। ਆਹਾ ਹਾ ਹਾ, ਵਿਛੋੜਾ ਸੁਣੇ ਦੁੱਖ,
ਬਿਨ ਡਿੱਠੇ ਮਰਿਓਦ ਬਾਜ ਪਿਆਰੇ ਆਪਣੇ ਬਿਰਹੀ ਨਾ ਤਿਰੋਂਦ। ਕਹਿੰਦੇ ਬਾਬੇ ਬੁੱਢੇ ਅਰਜਨ ਦੇਵ ਤਾਂ ਬਹੁਤ ਜ਼ਿਆਦਾ ਬੇਵਲ ਹੋਇਆ ਪਿਆ, ਹਮਾਰੇ ਇਸ਼ਕ ਕਾ ਕੁਛ ਔਰ ਹੀ ਅੰਦਾਜ ਹੈ, ਉਨਕੋ ਹਮ ਪਰ ਨਾਜ ਹੈ, ਹਮਕੋ ਉਨ ਪਰ ਨਾਜ ਹੈ। ਕਹਿੰਦੇ ਲੈ ਕੇ ਆਓ ਜਾ ਕੇ ਛੇਤੀ, ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ ਕੋਈ, ਲੱਗੀਆਂ ਵਾਲੇ ਜਾਣਦੇ ਪਿਤਾ, ਲੱਗੀਆਂ ਵਾਲੇ ਜਾਣਦੇ, ਇਹ ਤਾਂ ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ, ਇਹ ਤਾਂ ਲੱਗੀਆਂ ਵਾਲੇ ਜਾਣਦੇ। ਇਹਨਾਂ ਬੇਦਰਦਾਂ ਨੂੰ ਕੀ, 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 ਇਹਨਾਂ ਬੇਦਰਦਾਂ ਨੂੰ ਬੇਦਰਦਾਨੂ ਕੀ, ਇਹਨਾਂ ਬੇਦਰਦਾਨੂ ਕੀ, ਬੇਦਰਦਾਨੂ ਕੀ, ਇਹਨਾਂ ਬੇਦਰਦਾਨੂ ਕੀ, ਲੱਗੀਆਂ ਵਾਲੇ ਜਾਣਦੇ ਕੋਈ, ਲੱਗੀਆਂ ਵਾਲੇ ਜਾਣਦੇ ਕੋਈ, ਲੱਗੀਆਂ ਵਾਲੇ ਜਾਣਦੇ ਕੋਈ, ਲੱਗੀਆਂ ਵਾਲੇ ਜਾਣਦੇ, ਲੱਗੀਆਂ ਵਾਲੇ ਜਾਣਦੇ ਕੋਈ, ਲੱਗੀਆਂ ਵਾਲੇ ਜਾਣਦੇ। ਸਿੱਖ ਗਏ, ਕਹਿੰਦੇ ਮਹਾਰਾਜ ਨੇ ਬੁਲਾਇਆ, ਐਂ ਆ ਗਏ, ਭਜੇ ਚਲੋ, ਕਹਿੰਦੇ ਚੱਲ ਪਏ। ਜਿਉਂ ਹੀ ਦਰਸ਼ਨ ਕੀਤਾ, ਦਿਓੜੀ ਨੂੰ ਨਮਸਕਾਰ ਕੀਤੀ, ਧੰਨ ਸੋ ਬੇੜਾ ਤਾਂ ਵੇਲੇ ਤਾਂ ਸਾਰੇ ਹੀ ਨੇ, ਪਰ ਹੇ ਸੱਚੇ ਪਾਤਸ਼ਾਹ, ਜਦ ਤੁਹਾਡਾ ਨੂਰੀ ਦਰਸ਼ਨ ਹੁੰਦਾ, ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹੋਂ ਬਲਿਹਾਰੀ ਸਤਿਗੁਰ ਚਰਨ, ਤਨ ਸੋ ਵੇਲਾ ਕੜੀ ਤਨ, ਤਨ ਮੂਰਤ ਪਲਸਾਰ, ਤਨ ਸੋ ਦਿਨ ਸੰਜੋਗੜਾ, ਜਿਤ ਡਿਠਾ ਗੁਰਦਰਸਾਰ। ਆਗੇ ਇਉਂ ਚਰਨਾਂ ਨੂੰ ਲਿਪਟ ਗਏ ਜਿਵੇਂ ਸਰਪ ਚੰਦਨ ਨੂੰ ਲਿਪਟਿਆ ਹੁੰਦਾ ਹੈ, ਜਲ ਨਾਲ ਚਰਨ ਭਿਉਂਦੇ। ਪਾਤਸ਼ਾਹ ਤੇਤੋਂ ਬਿਨਾਂ ਰਹਿ ਨਹੀਂ ਹੁੰਦਾ, ਇੱਕ ਵਾਰੀ ਕਹਾ ਲੈ, ਦਸ ਵਾਰੀ ਕਹਾ ਲੈ, ਭਲਾਂ ਦੀ ਹਜ਼ਾਰ ਵਾਰੀ ਕਹਾ ਲੈ, ਨੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਦੀਦ ਤੋਂ,
ਜ਼ਰੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਵੀਰ ਤੋਂ ਜ਼ਰੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਦੀਦ ਤੋਂ ਨੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਦੀਦ ਤੋਂ ਨੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਦੀਦ ਤੋਂ ਨੂਰੀ ਪਰਵਾਨਿਆਂ ਨੇ ਬਚਣਾ ਨੀ ਬਿਨਾਂ ਦੀਦ ਤੋਂ 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 ਨੂਰੀ ਪਰਵਾਨਿਆਂ ਨੇ 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 ਬਚਣਾ ਨੀ ਬਿਨਾਂ ਦੀਦ ਤੋਂ ਹੀ ਸੱਚੇ ਪਾਤਸ਼ਾਹ ਜਦ ਤੁਹਾਨੂੰ ਪਤਾ ਹੈ ਵੀ ਮੇਰਾ ਸਰਦਾ ਨਹੀਂ ਫਿਰ ਐਸਾ ਕਰੀਦਾ ਨਹੀਂ ਦਿਲਦਾਰ ਬਣ ਕੇ ਇਉਂ ਤਾਂ ਪਰਾਏ ਵੀ ਨਹੀਂ ਕਰਦੇ ਮੈਂ ਤਾਂ ਤੁਹਾਡਾ ਆਪਣਾ ਮਹਾਰਾਜ ਨੇ ਬੁੱਕਲ 'ਚ ਲੈ ਲਿਆ ਕਹਿੰਦੇ ਆ ਤਿੰਨ ਨੰਬਰ ਕਿਉਂ ਪਾਇਆ ਕਹਿੰਦੇ ਮਹਾਰਾਜ ਦੋ ਪੱਤਰਿਕਾ ਪਹਿਲਾਂ ਵੀ ਭੇਜੀਆਂ ਨੇ ਇਹ ਸਿੱਖ ਪਿਰਥੀ ਚੰਦ ਨੂੰ ਫੜਾ ਗਿਆ ਬੁਲਾਓ ਪਿਰਥੀ ਚੰਦ ਦੇ ਘਰੋਂ ਕਰਮੋ ਕਹਿੰਦੀ ਨਹਾਉਣ ਗਿਆ ਖੂਹ 'ਤੇ ਪਾਦੋਂ ਦੇ ਦਿਨ ਚੱਲ ਪਏ ਸੀ ਬੁਲਾ ਲਿਆ ਕਹਿੰਦੇ ਪਿਰਥੀ ਚੰਦ ਪੜਦਾ ਪਾਉਂਦੇ ਨੇ ਮਹਾਰਾਜ ਕਹਿੰਦੀ ਸਿੱਖ ਤੈਨੂੰ ਪੱਤਰਿਕਾ ਫੜਾ ਗਿਆ ਸੀ ਤੂੰ ਫੜਾਉਣੀਆਂ ਭੁੱਲ ਗਿਆ ਕਹਿੰਦਾ ਮਹਾਰਾਜ ਫੜਾ ਕੇ ਹੀ ਨਹੀਂ ਗਿਆ ਜੇ ਸਮਝਦਾ ਵੀ ਪਰਮੇਸ਼ੁਰ ਹੈ ਕਿਤੇ ਝੂਠ ਬੋਲਦਾ ਸਮਝਿਆ ਹੀ ਨਹੀਂ ਹੈ ਸੰਤ ਮਹਾਰਾਜ ਸਿੱਧ ਸਰ ਵਾਲੇ ਇੱਕ ਪ੍ਰੇਮੀ ਨੂੰ ਕਹਿੰਦੇ ਕਹਿੰਦੇ ਤੈਨੂੰ ਸਾਡੀ ਪਰਖ ਹੈ ਨਹੀਂ ਅਤੇ ਸਾਨੂੰ ਫਿਰ ਹਰਖ ਹੈ ਨਹੀਂ ਸਾਨੂੰ ਹਰਖ ਕਾਹਦਾ ਜਦ ਤੈਨੂੰ ਪਤਾ ਹੀ ਨਹੀਂ ਸਾਡੇ ਬਾਰੇ ਤੈਨੂੰ ਪਰਖ ਹੈ ਨਹੀਂ ਅਤੇ ਸਾਨੂੰ ਹਰਖ ਹੈ ਨਹੀਂ ਉੱਥੇ ਫਿਰ ਮਹਾਰਾਜ ਕਹਿੰਦੇ ਅੱਛਾ ਕਹਿੰਦੇ ਪ੍ਰੇਮੀਆਂ ਇਹਦੇ ਘਰ ਚੱਲਿਆ ਜਾਂ ਫਲਾਣੇ ਰੰਗ ਦਾ ਜਾਮਾ ਚੋਲਾ ਲਮਕਦਾ ਉਹ ਲਾ ਕੇ ਲਿਆ ਉੱਥੇ ਅੰਤਰ ਜਾਮ ਤਾਂ ਹੱਥ ਬੰਨੀ ਖੜੀ ਹੈ ਲਿਆਂਦਾ ਚੋਲਾ ਕਹਿੰਦੇ ਪਿਰਥੀ ਚੰਦ ਹੱਥ ਪਾ ਇਹਦੇ ਕੀਜੇ 'ਚ ਹੱਥ ਪਾਇਆ ਦੋ ਪੱਤਰਿਕਾ ਨਿਕਲ ਆਈਆਂ ਕਹਿੰਦਾ ਮੈਂ ਨਹੀਂ ਲਿਖ ਸਕਦਾ ਜਿਹੋ ਜਿਹਾ ਇਹ ਗੁਰੂ ਸੁਪੁੱਤਰ ਹੈ ਉਹੋ ਜਿਹਾ ਮੈਂ ਹਾਂ ਮਹਾਰਾਜ ਕਹਿੰਦੇ ਆਹ ਪਿਰਥੀ ਚੰਦ ਇੰਨੀ ਵੀ ਮਾਇਆ ਨਾ ਪਵੇ ਕਿਸੇ 'ਤੇ ਜਿੰਨੀ ਤੇਰੇ 'ਤੇ ਪੈ ਗਈ
ਕਹਿੰਦੇ ਫਿਰ ਤਿੰਨ ਹੋ ਗਏ ਪਦ, ਚੌਥਾ ਲਿਖ, ਜਿੱਥੇ ਪ੍ਰੇਮੀਓ ਦੁਵੈਸ਼ ਹੈ, ਈਰਖ ਹੈ, ਉੱਥੇ ਅਨੁਭਵ ਕਿੱਥੇ? ਇਹ ਬ੍ਰਹਮ ਗਿਆਨ ਦੇ ਝੂੰਟੇ ਤਾਂ ਉਹਨਾਂ ਨੂੰ ਆਉਂਦੇ ਨੇ ਜਿਨ੍ਹਾਂ ਨੂੰ ਸਾਰਿਆਂ 'ਚ ਐਂ ਪਰਮੇਸ਼ੁਰ ਦਿਸਣ ਲੱਗ ਜਾਂਦਾ, ਮੇਰਾ ਤੇਰਾ ਖਤਮ ਹੋ ਜਾਂਦੀਆਂ ਨੇ, ਬਸ ਉਸੀ ਵੇਲੇ ਫਿਰ ਜਿੱਥੇ ਦੁਵੈਸ਼ ਹੈ ਉੱਥੇ ਅਨੁਭਵ ਕਿੱਥੇ? ਮਹਾਰਾਜ ਕਹਿੰਦੇ ਅਰਜਨ ਦੇਵ ਤੂੰ ਲਿਖ। ਜਦੇ ਹੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਾਗ ਹੋਆ, ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ ਅਵਿਨਾਸ਼ੀ ਪ੍ਰਭੂ ਗੁਰੂ ਰਾਮਦਾਸ, ਮੈਨੂੰ ਬਾਹਰ ਨਹੀਂ ਟੋਲਣੇ ਪਏ, ਘਰ ਮੈਂ ਪਾਇਆ। ਮੈਂ ਤਾਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ। ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਬੜਾ ਜੀ ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਤਾਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਪਾਗਾ ਵਾਲਾ 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 ਦਰਸ਼ਨ ਹੋ, ਪਾਗਾ ਵਾਲਾ ਦਰਸ਼ਨ ਹੋ ਗਏ, ਪਾਗਾ ਵਾਲਾ ਦਰਸ਼ਨ ਹੋ ਗਏ, ਪਾਗਾ ਵਾਲਾ ਦਰਸ਼ਨ ਹੋ ਗਏ, ਪਾਗਾ ਵਾਲਾ ਦਰਸ਼ਨ, ਪਾਗਾ ਵਾਲਾ ਦਰਸ਼ਨ ਹੋ ਗਏ, ਉਹ ਪਾਗਾ ਵਾਲਾ ਦਰਸ਼ਨ ਹੋ ਗਏ, 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 ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਤਾਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ ਨੇ, ਦਰਸ਼ਨ ਹੋ ਗਏ, ਮੈਂ ਤਾਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਮੈਂ ਪਾਗਾ ਵਾਲਾ ਜੀ, ਦਰਸ਼ਨ ਹੋ ਗਏ, ਦਰਸ਼ਨ ਹੋ ਗਏ, ਭਾਗ ਹੋਆ, ਗੁਰਸੰਤ ਮਿਲਾਇਆ, ਪ੍ਰਭ ਅਵਿਨਾਸ਼ੀ
ਮਹਾਰਾਜ ਨੇ ਗੁਰਤਾ ਗੱਦੀ ਬਖਸ਼ਤੀ, ਗੁਰਤਾ ਗੱਦੀ ਕਹਿੰਦੇ ਤੂੰ ਪਾਸ ਹੋ ਗਿਆ। ਔਰ ਉਦੋਂ ਬਾਅਦ ਮਹਾਰਾਜ ਨੇ ਪੰਜ ਪੌਤਕ ਸਰੀਰ ਤਿਆਗਤਾ। ਦੁਸਹਿਰੇ 'ਤੇ ਜਦ ਬਾਬਾ ਬੁੱਢਾ ਜੀ ਦਸਤਾਰਬੰਦੀ ਕਰਨ ਲੱਗੇ, ਪਿਰਥੀ ਚੰਦ ਕਹਿੰਦਾ ਮੈਂ ਵੱਡਾ, ਮੇਰਾ ਹੱਕ ਹੈ, ਦਸਤਾਰ ਖੋਹ ਕੇ ਭੱਜ ਗਿਆ, ਆਪੇ ਮੰਨ ਲਈ ਆਪਦੇ ਸਿਰ 'ਤੇ। ਬਾਬਾ ਬੁੱਢਾ ਜੀ ਕਹਿੰਦੇ ਪਿਰਥੀ ਚੰਦ, ਗੁਰੂ ਨਾਨਕ ਦੀ ਜੋਤ ਆ ਦੋ ਗਜ ਕੱਪੜੇ ਦੀ ਮੁਹਤਾਜ ਨਹੀਂ ਹੈ ਵੀ ਤੂੰ ਪੱਗ ਖੋਹ ਕੇ ਲੈ ਗਿਆ। ਇਹ ਤਾਂ ਸੀਨਾ ਪਾੜ ਕੇ ਵਿੱਚ ਬਹਿੰਦੇ ਨੇ ਜਾ ਕੇ, ਹੁਣ ਸੀਨਾ ਕੌਣ ਪਾੜੇ ਪਹਿਲਾਂ। ਇਹ ਤਾਂ ਹਿਰਦੇ 'ਚ ਪ੍ਰਕਾਸ਼ ਹੁੰਦਾ ਜਦ ਕਰ ਜਿਹੜਾ ਕੁਛ ਤਾਂ ਕਰਨਾ। ਉਹ ਪੰਚਮ ਪਾਤਸ਼ਾਹ ਮਹਾਰਾਜ, ਫਿਰ ਗੁਰੂ ਨਾਨਕ ਦੀ ਬਾਣੀ ਸਾਰੇ ਗੁਰੂ ਸਾਹਿਬਾਨਾਂ ਦੀ ਔਰ ਭਗਤਾਂ ਦੀ ਇਕੱਠੀ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦਿ ਗ੍ਰੰਥ ਪੋਥੀ ਪਰਮੇਸ਼ਰ ਕਾ ਥਾਨ, ਨੌਵੇਂ ਪਾਤਸ਼ਾਹ ਦੀ ਬਾਣੀ ਫਿਰ ਦਸਵੇਂ ਪਾਤਸ਼ਾਹ ਮਹਾਰਾਜ ਨੇ ਚਾੜ੍ਹੀ ਹੈ। ਤੋ ਬੜੇ ਪ੍ਰੇਮ ਨਾਲ ਐਸਾ ਆਨੰਦ ਬੀਤਦਾ ਸੀ, ਪਰ ਦਵੈਸ਼ੀ ਲੋਕਾਂ ਨੇ ਕਿਵੇਂ ਜਹਾਂਗੀਰ ਤੱਕ ਵੀ ਸੁਨੇਹੇ, ਪਿਰਥੀ ਚੰਦ ਵੀ ਨਾਲ ਰਲਿਆ ਵੀ ਅਸੀਂ ਕਰਦਾ ਪੇਤੀ ਲੰਕਾ ਟਾਉਂਦਾ, ਕਿਵੇਂ ਮਹਾਰਾਜ ਦੀ ਸ਼ਹੀਦੀ ਦੇ ਕਾਰਨ ਬਣੇ। ਕੱਲ੍ਹ ਦਾ ਸਵੇਰ ਦਾ ਦੀਵਾਨ ਸੋਮਲ ਖੇੜੀ ਮਲੌਦ ਨਗਰ ਰਵਿਦਾਸ ਭਗਤ ਜੀ ਦੇ ਗੁਰੂ ਘਰ 'ਚ ਹੈ, ਔਰ ਰਾਤ ਨੂੰ ਦੀਵਾਨ ਹੈ ਜਿਹੜਾ ਉਹ ਨਾਭੇ ਕੰਨੀ ਛਤਰੀਵਾਲ ਬੜੀ ਪਿੰਡ ਹੈ ਉੱਧਰ ਹੈ। ਤੋ ਬੜੇ ਪ੍ਰੇਮ ਨਾਲ ਆਪ ਸੰਗਤਾਂ ਨੇ ਆਨੰਦ ਮਾਣਿਆ, ਕਿਵੇਂ ਤਤੀਆਂ ਤਵੀਆਂ 'ਤੇ ਬਹਿ ਕੇ ਕਿਸੇ ਕਿਹਾ ਸਹੇਲੜੀ ਨੇ ਸੁਣੀ ਪੈਣੇ ਬਾਤ ਕਹਿਰ ਦੀ ਮੇਤੋਂ ਨਾ ਕਹੀ ਜਾਂਦੀ, ਲੱਖਾਂ ਸੱਜਣ ਜਹਾਨ 'ਤੇ ਹੋਣ ਪੈਣੇ ਔਖੇ ਵੇਲੜੇ ਸਾਰ ਨਹੀਂ ਲਈ ਜਾਂਦੀ, ਤੱਤੀ ਤਵੀ 'ਤੇ ਬੈਠੇ ਨੇ ਗੁਰੂ ਅਰਜਨ, ਤੱਤੀ ਰੇਤ ਵਿੱਚ ਸੀਸ 'ਤੇ ਪਈ ਜਾਂਦੀ, ਅੱਜ ਵਰਤਿਆ ਕਹਿਰ ਲਾਹੌਰ ਉੱਤੇ ਸੋਹਣੀ ਜਿੰਦੜੀ ਦੁੱਖੜੇ ਸਹੀ ਜਾਂਦੀ। ਪ੍ਰੇਮੀਓ, ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਅੰਮ੍ਰਿਤ ਛਕੋ, ਨਿਤਨੇਮ ਕਰਿਆ ਕਰੋ ਔਰ ਸਿਮਰਨ ਦੇ ਮਾਰਗ ਵਿੱਚ ਆਓ। ਸੰਤ ਮਹਾਰਾਜ ਕਲਾਲ ਵਾਲੇ ਪ੍ਰਵਚਨ ਕਰਦੇ ਦੇ ਦੀਵਾਨ ਤੋਂ ਬਾਅਦ ਇੱਕ ਘੰਟਾ ਸਵੇਰੇ ਇੱਕ ਸ਼ਾਮ ਜ਼ਰੂਰ ਬਹਿ ਕੇ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਿਆ ਕਰੋ। ਹੁਣ ਆਨੰਦ ਸਾਹਿਬ ਦੇ ਜਾਪ, ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਸਮਾਂ ਰੱਖਿਆ, ਸਮੇਂ 'ਚੋਂ ਸਮਾਂ ਕੱਢ ਕੇ ਆਪ ਸੰਗਤ ਦਾ ਦਰਸ਼ਨ ਕੀਤਾ, ਔਰ ਗੁਰੂ ਘਰ ਦੇ ਵਜ਼ੀਰ ਬਾਬਾ ਸੁੱਖਾ ਸਿੰਘ ਉਹ ਵੀ ਬੜੇ ਪ੍ਰੇਮ ਨਾਲ ਸੇਵਾ ਕਰਦੇ ਨੇ। ਆਪ ਸੰਗਤ ਦਾ ਹੁਕਮ ਮੰਨ ਕੇ ਹਾਜ਼ਰੀ ਭਰਦਿਆਂ ਬੇਅੰਤ ਤਰੁੱਟੀਆਂ ਰਹਿ ਜਾਂਦੀਆਂ ਨੇ, ਕਿਰਪਾ ਕਰਨਾ, ਖੁਸ਼ੀਆਂ ਹੀ ਬਖਸ਼ਦੇ ਰਹਿਣਾ। ਮਹਾਰਾਜ ਇਸੇ ਤਰ੍ਹਾਂ ਹੀ ਆਪਦਾ ਜਸ ਕਰਾਉਂਦੇ ਰਹਿਣ। ਸੰਤ ਮਹਾਰਾਜ ਖੰਨੇ ਵਾਲਿਆਂ ਕੋਲ 12-13 ਸਾਲ ਮੈਂ ਜਾਂਦਾ ਰਿਹਾ, ਆ ਉਹਨਾਂ ਮਹਾਂਪੁਰਸ਼ਾਂ ਨੇ ਸੰਤ ਮਹਾਰਾਜ ਦੀਆਂ ਨਦਰਾਂ ਹੋ ਗਈਆਂ। ਪ੍ਰੇਮੀਓ, ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਂ ਸਤਿਗੁਰੂ ਮੈਂ
ਤੇਤੀ ਮਨ ਵਧੀਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਸਭਨਾ ਗੱਲਾਂ ਸੁਣ ਰੱਬ ਸੁਆਮੀ ਦੁੱਖਿਓ ਮਨੋ ਵਿਸਾਰੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰੇ ਸਦਾ ਸਿੱਧ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਸ਼ਾਂਤ ਸੁਖ ਮਨ ਆਏ ਵਸਿਆ ਦਿਨ ਇੱਛਾ ਸਭ ਪੁਜਾਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਦਰਸ ਪਾਗੇ ਸ਼ਬਦ ਵਾਜੇ ਚਲਾ ਜਿਤ ਕਰ ਤਾਰੀਆਂ ਪੰਜ ਦੂਤ ਤੁਰ ਵਾਚ ਕੀਤੇ ਕਾਲ ਕੰਚ ਮਾਰਿਆ ਤੁਰ ਕਰ ਪਾਇਆ ਤੁਰ ਜਿਨ ਕੋ ਸੇ ਨਾਮ ਮਰ ਕੇ ਲਾਗੇ ਨਾਮ ਸੁਣੋ ਬੜ ਪਾਗੀਓ ਸਗਲ ਮਨੋਰਥ ਪੂਰੇ ਪਾਰ ਬਹਿਣ ਪ੍ਰਭ ਪਾਇਆ ਸਗਲ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਕਹੇ ਪੂਰੇ ਗੁਰ ਤੇ ਜਾਣੀ ਤੇ ਪਨੀਤ ਕਹੇ ਤੇਪ ਵਿੱਚ ਸਤ ਗੁਰ ਰਹਿਆ ਪਰ ਬੰਤ ਨਾਨਕ ਗੁਰ ਚਰਨ ਲਾਗੇ ਵਸੇ ਅਨਹਦ ਪੰਮ ਗੁਰੂ ਪਾਣੀ ਪਿਤਾ ਮਾਤਾ ਤਰਸ ਮਹਾਪ ਰਾਤ ਦੁਹਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੇ ਤਰਨ ਹਰੀ ਆਪੋ ਆਪਣੀ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗੇਮ ਸ਼ਕਤ ਕਾਮ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ